ਸ੍ਰੀਕਾਲ ਦੋਸਤੋ ਸੇਂਟ ਸੋਲ ਦੇ ਟਾਈਮਸ ਤੋਂ ਮੈਂ ਹਾਂ ਕੋਮਲ ਔਰ ਅੱਜ ਅਸੀਂ ਪਹੁੰਚੇ ਹਾਂ ਜੀ ਸਿਵਲ ਹਸਪੀਟਲ ਜਿੱਥੇ ਆਗਾਜ਼ ਐਨ ਜੀ ਓ ਦੀ ਤਰਫ ਤੋਂ ਗਰੀਬ ਬੱਚਿਆਂ ਨੂੰ ਯਾਨੀ ਕਿ ਥੈਲੇਸੀਮੀਆ ਦੇ ਬੱਚਿਆਂ ਨੂੰ ਕੁਝ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕਹਿੰਦੇ ਨੇ ਕਿ ਇਹਨਾਂ ਬੱਚਿਆਂ ਦਾ ਬਲੱਡ ਨਹੀਂ ਬਣਦਾ ਤੇ ਇਹਨਾਂ ਬੱਚਿਆਂ ਨੂੰ ਬਲੱਡ ਡੋਨੇਟ ਜ਼ਰੂਰ ਕਰਨਾ ਚਾਹੀਦਾ ਸੋ ਇਹ ਭਲਾਈ ਦਾ ਕੰਮ ਹੈ ਔਰ ਸਿਵਲ ਹਸਪੀਟਲ ਦੇ ਵਿੱਚ ਘੱਟੋ ਘੱਟ 80 ਬੱਚੇ ਨੇ ਜਿਨ੍ਹਾਂ ਨੂੰ ਇਹ ਦੇਖਭਾਲ ਵੀ ਕਰਦੇ ਨੇ ਔਰ ਨਾਲ ਦੀ ਨਾਲ ਅੱਜ ਸ਼ਹੀਦੀ ਦਿਹਾੜੇ ਦਿਵਸ ਤੇ ਉਹ ਬੱਚਿਆਂ ਨੂੰ ਗਰਮ ਕੱਪੜੇ ਵੀ ਪ੍ਰੋਵਾਈਡ ਕਰਵਾ ਰਹੇ ਨੇ ਔਰ ਨਾਲ ਦੀ ਨਾਲ ਰਿਫਰੈਸ਼ਮੈਂਟ ਵੀ ਦਿੱਤੀ ਜਾ ਰਹੀ ਹੈ ਤੇ ਆਓ ਫੇ ਕਰਦੇ ਹਾਂ ਜੀ ਐਨ ਜੀ ਓ ਦੀ ਪੂਰੀ ਟੀਮ ਮੈਂਬਰਾਂ ਦੇ ਨਾਲ ਗੱਲਬਾਤ ਕਿ ਉਹਨਾਂ ਦਾ ਕੀ ਕਹਿਣਾ ਹੈ ਖਾਸ ਇਸ ਬਲੱਡ ਕੈਂਪ ਬਾਰੇ ਜੋ ਕਿ ਅੱਜ ਉਹਨਾਂ ਨੇ ਫ੍ਰੀ ਚੈੱਕਅਪ ਕੈਂਪ ਵੀ ਲਗਾਇਆ ਸਾਡੇ ਨਾਲ ਆਗਾਜ਼ ਐਨ ਜੀ ਓ ਦੇ ਮੈਂਬਰਾਂ ਖੜੇ ਨੇ ਸੀ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਕਿਉਂਕਿ ਅੱਜ ਉਹਨਾਂ ਨੇ ਕੈਂਪ ਲਗਾਇਆ ਹੈ ਉਹਦਾ ਪਰਪਸ ਕੀ ਹੈ ਤੇ ਕੀ ਮਕਸਦ ਹੈ ਅੱਜ ਆਗਾਜ਼ ਐਨ ਜੀ ਓ ਵੱਲੋਂ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਸਮਰਪਿਤ ਬੱਚਿਆਂ ਦੇ ਲਈ ਬਲੱਡ ਕੈਂਪ ਲਗਾਇਆ ਗਿਆ ਹੈ ਸਾਡੇ ਬਿੱਟੂ ਭਾਜੀ ਜੋ ਵੱਡੇ ਭਾਜੀ ਚੇਅਰਮੈਨ ਨੇ ਸਾਡੀ ਆਗਾਜ਼ ਟੀਮ ਦੇ ਵਿੱਚ ਉਹਨਾਂ ਦੇ ਭਤੀਜਾ ਸਾਹਿਬ ਜਿਹੜੇ ਨੇ ਸੁਖਰਾਜ ਜੀ ਤੇ ਉਹਨਾਂ ਦੀ ਬੇਟੀ ਉਹਨਾਂ ਦਾ ਅੱਜ ਬਰਥਡੇ ਸੀ ਪਰ ਸ਼ਹੀਦੀ ਦਿਨਾਂ ਨੂੰ ਦੇਖਦੇ ਹੋਏ ਇਹਨਾਂ ਦੇ ਜਿਹੜਾ ਭਤੀਜੇ ਨੇ ਉਹ ਸੁਖਰਾਜ ਜੀ ਜੋ ਕਿ ਬਾਹਰ ਰਹਿੰਦੇ ਯੂਕੇ ਦੇ ਵਿੱਚ 21 ਸਾਲ ਦੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਚਾਚਾ ਜੀ ਅਸੀਂ ਇਸ ਵਾਰੀ ਕੇਕ ਨਹੀਂ ਕੱਟਣਾ ਤੁਸੀਂ ਸਾਡਾ ਬਲੱਡ ਜਿਹੜਾ ਬਰਥਡੇ ਆ ਉਹ ਕਿਸੇ ਚੰਗੀ ਜਗ੍ਹਾ ਦੇ ਉੱਤੇ ਮਨਾਓ ਅੱਜ ਫਿਰ ਇਸ ਤੋਂ ਵਧੀਆ ਮੇਰਾ ਖਿਆਲ ਸ਼ਹੀਦੀ ਦਿਨਾਂ ਦੇ ਵਿੱਚ ਕੋਈ ਵਧੀਆ ਗੱਲ ਨਹੀਂ ਕਿ ਥੈਲਾਸੀਮਿਕ ਬੱਚਿਆਂ ਦੇ ਲਈ ਆਗਾਜ਼ ਵੱਲੋਂ ਨਾਲ ਨਾਲ ਬਲੱਡ ਕੈਂਪ ਚੱਲ ਰਿਹਾ ਨਾਲ ਉਹਨਾਂ ਬੱਚਿਆਂ ਦੇ ਲਈ ਅਸੀਂ ਸਵੈਟਰ ਲੈ ਕੇ ਆਏ ਹਾਂ ਜੈਕਟਸ ਲੈ ਕੇ ਆਏ ਹਾਂ ਆਮ ਪਬਲਿਕ ਦੇ ਵਿੱਚ ਅਸੀਂ ਕੰਬਲ ਵੀ ਵੰਡਾਂਗੇ ਅਤੇ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੇ ਬੱਚੇ ਜਿਹੜੇ ਜਿੰਨੇ ਇੱਥੇ ਆਏ ਨੇ ਛੋਟੇ ਛੋਟੇ ਬੱਚੇ ਉਹਨਾਂ ਦੀ ਫੈਮਿਲੀ ਸਾਰਿਆਂ ਲਈ ਰਿਫਰੈਸ਼ਮੈਂਟ ਜਿਹੜੀ ਹੈ ਉਹ ਭਾਜੀ ਵੱਲੋਂ ਦਿੱਤੀ ਜਾ ਰਹੀ ਹੈ ਨਾਲ ਨਾਲ ਉਹ ਚੱਲ ਰਹੀ ਹੈ ਅਸੀਂ ਲੋਕਾਂ ਨੂੰ ਇੱਕੋ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਲੋਕ ਨੇ ਵੱਧ ਤੋਂ ਵੱਧ ਇਸ ਸੇਵਾ ਦਾ ਹਿੱਸਾ ਬਣਿਆ ਕਰੋ ਕਿ ਥੈਲਾਸੀਮਿਕ ਬੱਚਿਆਂ ਦੇ ਲਈ ਬਲੱਡ ਡੋਨੇਟ ਕਰਿਆ ਕਰੋ ਕਿਉਂਕਿ ਇਹਨਾਂ ਬੱਚਿਆਂ ਨੂੰ ਤੁਹਾਡੇ 1 ਯੂਨਿਟ ਬਲੱਡ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹਨਾਂ ਦਾ ਬਲੱਡ ਨਹੀਂ ਬਣਦਾ ਹਰ 15 ਦਿਨ ਬਾਅਦ ਇਹਨਾਂ ਨੂੰ ਬਲੱਡ ਦੇਣਾ ਪੈਂਦਾ ਹੈ ਅਤੇ ਜੇ ਬਲੱਡ ਨਹੀਂ ਦਿਆਂਗੇ ਇਹਨਾਂ ਦੀ ਮੌਤ ਹੋ ਸਕਦੀ ਹੈ ਅਤੇ ਸਭ ਤੋਂ ਵੱਡੀ ਸੇਵਾ ਮੇਰਾ ਖਿਆਲ ਇਹ ਹੈ ਕਿ ਤੁਸੀਂ ਸਿਰਫ 1 ਯੂਨਿਟ ਬਲੱਡ ਦੇਣਾ ਹੈ ਜਿਹਦੇ ਨਾਲ ਕਿ ਤੁਹਾਡੀ ਵੀ ਜਿਹੜੀ ਲਾਈਫ ਹੈ ਉਹ ਸੇਫ ਹੋਏਗੀ ਬੜੀਆਂ ਬਿਮਾਰੀਆਂ ਤੋਂ ਤੁਹਾਨੂੰ ਵੀ ਨਿਜਾਤ ਮਿਲੇਗਾ ਅਤੇ ਇਹਨਾਂ ਬੱਚਿਆਂ ਦੇ ਲਈ ਤੁਹਾਡਾ 1 ਯੂਨਿਟ ਦਿੱਤਾ ਬਲੱਡ ਇਹਨਾਂ ਬੱਚਿਆਂ ਨੂੰ ਵੀ ਵਧੀਆ ਜ਼ਿੰਦਗੀ ਮਿਲ ਜਾਏਗੀ ਇਹੀ ਅਸੀਂ ਅਪੀਲ ਕਰਦੇ ਹਾਂ ਅੱਜ ਸਾਡੇ ਵਿੱਚ ਬੜੀਆਂ ਸਾਡੀਆਂ ਭੈਣਾਂ ਵੀ ਪਹੁੰਚੀਆਂ ਨੇ ਜੋ ਕਿ ਬਲੱਡ ਡੋਨੇਟ ਕਰ ਰਹੀਆਂ ਨੇ ਦੋ ਦੇ ਚੁੱਕੀਆਂ ਇੱਕ ਹੈ ਮੇਰੀ ਭੈਣ ਦੇਖੋ ਆਈ ਹੈ ਇਹ ਵੀ ਬਲੱਡ ਡੋਨੇਟ ਸਪੈਸ਼ਲ ਬਲੱਡ ਦੇਣ ਦੇ ਲਈ ਹੈ ਇਹਨਾਂ ਬੱਚਿਆਂ ਦੇ ਲਈ ਅਤੇ ਮੈਂ ਬਾਕੀਆਂ ਨੂੰ ਵੀ ਕਹਾਂਗਾ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਹ ਗੁਸਤਾਖੀ ਮੇਰੀ ਕਹਿਣ ਦੀ ਕਿ ਨੌਜਵਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੇ ਭੈਣਾਂ ਆ ਕੇ ਬਲੱਡ ਦੇ ਸਕਦੀਆਂ ਤਾਂ ਨੌਜਵਾਨ ਇਹਨਾਂ ਬੱਚਿਆਂ ਲਈ ਕਿਉਂ ਨਹੀਂ ਬਲੱਡ ਦੇ ਸਕਦੇ ਜ਼ਰੂਰ ਇਹਨਾਂ ਬੱਚਿਆਂ ਲਈ ਬਲੱਡ ਡੋਨੇਟ ਕਰਿਆ ਕਰੋ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈਗੀ ਤੁਹਾਡੇ ਮਾਧਿਅਮ ਤੋਂ ਇਹੀ ਕਹਾਂਗਾ ਕਿ ਸਿਵਲ ਹਸਪਤਾਲ 'ਚ 80 ਬੱਚੇ ਨੇ ਜਿਨ੍ਹਾਂ ਨੂੰ ਕਿ ਬਲੱਡ ਫ੍ਰੀ ਚੜਾਇਆ ਜਾਂਦਾ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਅਤੇ ਤੁਸੀਂ ਵੀ ਉਹਨਾਂ ਦੇ ਲਈ ਆ ਕੇ ਇੱਥੇ ਹਿੱਸੇਦਾਰ ਬਣੋ ਸੇਵਾ ਦੇ ਜੋ ਸੁਖਰਾਜ ਜੀ ਨੇ ਅਤੇ ਇਹਨਾਂ ਦੀ ਬੇਟੀ ਹੈ ਆਗਾਜ਼ ਵੱਲੋਂ ਅਸੀਂ ਉਹਨਾਂ ਨੂੰ ਬੈਸਟ ਵਿਸ਼ਿਸ਼ ਦਿੰਦੇ ਹਾਂ ਹੈਪੀ ਬਰਥਡੇ ਵੀ ਕਹਿੰਦੇ ਹਾਂ ਅਤੇ ਬੜਾ ਵਧੀਆ ਉਹਨੂੰ ਕਹਿੰਦੇ ਹਾਂ ਕਿ ਬੱਚੇ ਨੂੰ ਕਿ ਹੁਣੇ ਤੋਂ ਜਾਗਰਤ ਹੋਏ ਨੇ ਕਿ ਚੰਗੇ ਪਾਸੇ ਜੇ ਕੋਈ ਇੱਦਾਂ ਦਾ ਦਿਨ ਤਿਉਹਾਰ ਘਰ 'ਚ ਹੁੰਦਾ ਤਾਂ ਕਿਸੇ ਚੰਗੇ ਪਾਸੇ ਆਪਣੇ ਦਸਵੰਧ ਕੱਢ ਕੇ ਉੱਧਰ ਲਗਾਇਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਆਗਾਜ਼ ਐਨ ਜੀ ਓ ਵੱਲੋਂ ਇੱਥੇ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਥੈਲੇਸੀਮ ਬੱਚਿਆਂ ਵਾਸਤੇ ਮੈਂ ਜਲਪ੍ਰੀਤ ਸਿੰਘ ਪ੍ਰਧਾਨ ਪੀ ਐੱਮ ਆਰ ਜਲੰਧਰ ਪੰਜਾਬ ਮੈਡੀਕਲ ਰੈਪ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਮੈਂ ਇੱਥੇ ਜਲੰਧਰ ਦੇ ਵਿੱਚ ਸਾਡੇ ਜਿਹੜੇ ਜਿਹੜੀ ਟੀਮ ਹੈ ਆਗਾਜ਼ ਐਨ ਜੀ ਓ ਨਾਲ ਬਹੁਤ ਚਿਰ ਤੋਂ ਜੁੜੀ ਹੋਈ ਹੈ ਜਿਹੜੀ ਵੀ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਪਰਮਪ੍ਰੀਤ ਸਿੰਘ ਬਿੱਟੀ ਪ੍ਰਧਾਨ ਜੀ ਸਾਡੀ ਜਿੱਥੇ ਡਿਊਟੀ ਲਾਉਂਦੇ ਨੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵਾਰੀ ਖੜ੍ਹਨ ਦੀ ਕੋਸ਼ਿਸ਼ ਕਰੀ ਦੀ ਹੈ ਅੱਜ ਵੀ ਉਹਨਾਂ ਨੇ ਸਾਨੂੰ ਸੁਨੇਹਾ ਘੱਲਿਆ ਸੀਗਾ ਵੀ ਇੱਥੇ ਹੈਗਾ ਮੈਂ ਆਗਾਜ਼ ਦੇ ਨਾਲ ਵੀ ਐਕਟਿਵ ਹੈਗਾ ਵਾਂ ਉੱਧਰ ਤਾਂ ਮੈਂ ਚਲੋ ਆਪਣਾ ਮੁੱਖ ਸੇਵਾਦਾਰ ਹੈਗਾ ਹੀ ਹੈਗਾ ਵਾਂ ਇੱਧਰ ਵੀ ਆਪਾਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਜੁੜੀਦਾ ਅਤੇ ਆਪਣੀ ਟੀਮ ਨੂੰ ਵੀ ਇੱਧਰਲੇ ਪਾਸੇ ਜੁੜੀਦਾ ਵਾ ਅਤੇ ਅੱਜ ਜਦੋਂ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਸੇਵਾ ਇੱਧਰ ਕਰਨੀ ਹੈ ਅਤੇ ਮੈਂ ਆਪਣੇ ਨਾਲ ਜਿੰਨੇ ਆਪਣੀ ਪੀ ਐੱਮ ਆਰ ਦੀ ਟੀਮ ਦੇ ਡੋਨਰ ਸੀਗੇ ਜਿਨ੍ਹਾਂ ਨੇ ਬਲੱਡ ਦੇਣਾ ਸੀ ਉਹਨਾਂ ਨੂੰ ਨਾਲ ਲੈ ਕੇ ਆਇਆ ਅਦਰਵਾਈਜ਼ ਵੀ ਆਪਣੇ ਨਾਲ ਬੰਦੇ ਆਏ ਨੇ ਅਤੇ ਬਟ ਜਿਹੜੇ ਡੋਨਰ ਹੈ ਉਹਨਾਂ ਦਾ ਮੈਂ ਥੈਂਕ ਯੂ ਕਰਾਂਗਾ ਵੀ ਅੱਜ ਦੇ ਦਿਹਾੜੇ ਜਿੱਦਾਂ ਸ਼ਹੀਦੀ ਦਿਹਾੜਾ ਹੈਗਾ ਵਾ ਸਾਹਿਬਜ਼ਾਦਿਆਂ ਦਾ ਅਤੇ ਅੱਜ ਦੇ ਦਿਨ ਵਿੱਚ ਉਹ ਆੜੀ ਸੇਵਾ ਨਿਭਾ ਰਹੇ ਨੇ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਇੱਦਾਂ ਬੰਦੇ ਅੱਗੇ ਆਪੇ ਆਪਾਂ ਮੈਸੇਜ ਕਨਵੇ ਕਰ ਦਈਦਾ ਵਾ ਉਹ ਆਪੇ ਅੱਗੇ ਤੁਰ ਕੇ ਆਉਂਦੇ ਨੇ ਸਾਨੂੰ ਖੁਸ਼ੀ ਹੁੰਦੀ ਹੈ ਵੀ ਜਦੋਂ ਵੀ ਆਪਾਂ ਕੋਈ ਇੱਦਾਂ ਦੀ ਐਕਟੀਵਿਟੀ ਕਰਦੇ ਹਾਂ ਸਾਡਾ ਸਾਥ ਦਿੰਦੇ ਨੇ ਅਤੇ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਤੁਹਾਡੇ ਮਾਧਿਅਮ ਰਾਹੀਂ ਜਿੱਦਾਂ ਕਿ ਬਿੱਟੀ ਜੀ ਨੇ ਦੱਸਿਆ ਤੁਹਾਨੂੰ ਕਿ ਇੱਥੇ ਜਿਹੜੇ ਥੈਲੇਸੀਮ ਬੱਚੇ ਆ ਉਹ 15 ਦਿਨ 20 ਦਿਨ ਦੇ ਵਿੱਚ ਅਗਰ ਉਹਨਾਂ ਨੂੰ ਬਲੱਡ ਨਹੀਂ ਪਹੁੰਚਦਾ ਤਾਂ ਕੋਈ ਅਭੀਨਵੀ ਵੀ ਹੋ ਸਕਦੀ ਹੈ ਬੱਚਿਆਂ ਦੇ ਨਾਲ ਅਤੇ ਅਸੀਂ ਇਹੀ ਕਹਾਂਗੇ ਕਿ ਇਹ ਬੱਚਿਆਂ ਦੀ ਜ਼ਿੰਦਗੀ ਕਈ ਇੱਦਾਂ ਦੇ ਲੋਕਾਂ ਦੇ ਹੱਥ ਵਿੱਚ ਹੈਗੀ ਜਿਹੜੇ ਤੰਦਰੁਸਤ ਨੇ
तो जी वो एक एक ब्लड का यूनिट दे के उन्होंने सेवा करके उन्होंने जिंदगी बचा सकते हैं, तो उन्होंने जरूर अगे वध के आना चाहिए। वाहिगुरु जी का खालसा वाहिगुरु जी की। सो अज आगाज़ एन जी ओ की तरफ तो सिविल होस्पिटल के ब्लड बैंक के ब्लड चैकअप कैंप लगवाया गया, जिस दे विच थैलेसीमिया के बच्चों ब्लड प्रोवाइड करवाया गया और नाल दी नाल शहीदी दिहाड़े दिवस से उन्होंने गर्म कपड़े और नाल दी नाल रिफ्रैशमेंट भी दी गई। सो इदा दे उपराले होने चाहिए ने। सो आगाज़ वालों हमेशा कुछ खास नवा हुंदा रहिंदा है, वो बहुत मानव सेवा करते हैं, तो सोशल मीडिया से उन्हों की गल हमेशा आती रहती है। सो मैं लगता है जो चंगी चीज़ें उन्होंने ज़्यादा तो ज़्यादा प्रमोट करना चाहिए। सो बने रहो सेंट सोल द टाइम के, मैं हाँ कोमल कैमरामैन विनोद के नाल।